जी गिल साहब, अगली गल कर लिए किसानां दा अंदोलन। उधरों हरियाणे के किसान है वो चंडीगढ़ के वल कूच कर रहे थे कि सानू हड़ां दा मुआवजा नहीं मिलिया, किते हुए वादे पूरे नहीं हुए। यही कुछ पंजाब के किसान कर रहे थे। तो एक टकरा कई थावां ते शुरू होया, खास करके लौंगोवाल का टकरा। उत्थे एक किसान की जिंदगी चली गई। बाद विच चलो प्रशासन के नाल बेशक परिवार का समझौता हो गया, पर यह किसान अंदोलन की रुक सकता है जां फिर यह अगे चलूगा? ये जरा ना बड़ा माड़ा डिसीजन लिया पंजाब गवर्नमेंट ने, मेरे ख्याल नाल ते धब्बा लग्या इस गल दा कि जदों इन्हां दी फार्मर्स ते 16 जिहड़ियां अड अड जथेबंदियां ने उन्हां नाल पंजाब दे चीफ मिनिस्टर दी कुछ दिन पहला मीटिंग हुई आ, किसान जथेबंदियां दे लीडर्स ने उन्हां नूं दस्या भी असीं इत्थे चंडीगढ़ विच धरना लाउणा, ये हैगा साडा अगेंस्ट द सेंटर गवर्नमेंट, साडा तुहाडे नाल कोई रौला नहीं, जां साडे तुसीं सिद्धी गल कराओ सेंटर लीडरशिप नाल कि जिहड़े वादे सालां ਜਦੋਂ ਫਾਰਮਰਸ ਪ੍ਰੋਟੈਸਟ ਖਤਮ ਹੋਇਆ ਜਿਹੜੇ ਇਸ਼ੂਜ਼ ਰਹਿੰਦੇ ਸੀਗੇ ਉਹਨਾਂ ਨੂੰ ਕਿਵੇਂ ਰਿਜ਼ੋਲਵ ਕਰਨਾ, ਨਾ ਤਾਂ ਜਿਹੜੇ ਕੇਸ ਪਏ ਸੀ ਉਸ ਦੌਰਾਨ ਕ੍ਰਿਮੀਨਲ ਕੇਸਿਸ ਫਾਰਮਰਸ ਦੇ ਅਗੇਂਸਟ, ਨਾ ਤਾਂ ਉਹ ਵਿਦਡਰਾ ਹੋਏ ਨੇ, ਨਾ ਜਿਹੜੇ ਲੋਕੀ ਉੱਥੇ ਕੈਜ਼ੁਅਲਟੀ ਹੋਏ ਨੇ 700 ਪਲੱਸ ਫਾਰਮਰਸ, ਉਹਨਾਂ ਦੀ ਜਿਵੇਂ ਕੰਪਨਸੇਸ਼ਨ ਇਹਨਾਂ ਨੂੰ ਸੈਂਟਰ ਗਵਰਨਮੈਂਟ ਤੋਂ ਮਿਲਣੀ ਚਾਹੀਦੀ ਸੀ ਉਹ ਨਹੀਂ ਮਿਲੀ। ਉਸ ਤੋਂ ਵੀ ਵੱਡਾ ਇਸ਼ੂ ਹੈਗਾ MSP ਦਾ, ਮਿਨੀਮਮ ਸਪੋਰਟ ਪ੍ਰਾਈਸ ਦਾ, ਕਿ ਬਾਕੀ ਕ੍ਰੋਪਸ 'ਤੇ ਵੀ ਸੈਂਟਰ ਗਵਰਨਮੈਂਟ ਨੇ ਜਦੋਂ ਉਹਨਾਂ ਨਾਲ ਗੱਲ ਕੀਤੀ ਸੀ ਉਹ ਮੰਨੇ ਸੀ ਵੀ ਅਸੀਂ ਇਸ 'ਤੇ ਸਟੱਡੀ ਕਰਕੇ ਅਸੀਂ ਬਾਕੀ ਕ੍ਰੋਪਸ 'ਤੇ ਵੀ MSP ਲਾਵਾਂਗੇ, ਮਤਲਬ ਕਿ ਉਸ ਭਾਅ 'ਤੇ ਤੁਹਾਡੀ ਫਸਲ ਖਰੀਦੀ ਜਾਊਗੀ ਅਦਰ ਦੈਨ ਰਾਈਸ ਅਤੇ ਵੀਟ, ਤਾਂ ਕਿ ਇੱਥੇ ਡਾਇਵਰਸੀਫਿਕੇਸ਼ਨ ਵੱਲ ਕਿਸਾਨ ਵੱਧ ਸਕਣ, ਕਿਉਂਕਿ ਇਹਦੇ ਨਾਲ ਜਿਹੜਾ ਇਹ ਕ੍ਰੋਪਿੰਗ ਸਾਈਕਲ ਆ ਇਹਦੇ ਨਾਲ ਸਾਡਾ ਜਿਹੜਾ ਗਰਾਊਂਡ ਵਾਟਰ ਆ ਉਹਦੇ 'ਤੇ ਬਹੁਤ ਵੱਡਾ ਸਟ੍ਰੈਸ ਪੈ ਰਿਹਾ ਹੈਗਾ, ਅਤੇ ਉਹ ਫਾਰਮਿੰਗ ਜਿਹੜੀ ਆ ਵਾਇਬਲ ਵੀ ਨਹੀਂ ਰਹਿ ਰਹੀ, ਅਤੇ ਹੁਣ ਇੱਕ ਤਰ੍ਹਾਂ ਨਾਲ ਹੜ੍ਹ ਆਏ ਹੋਏ ਨੇ, ਹੜ੍ਹਾਂ ਦੇ ਦੌਰਾਨ CM ਭਗਵੰਤ ਮਾਨ ਨੇ ਬੜੇ ਵੱਡੇ ਵਾਅਦੇ ਕੀਤੇ ਆ ਕਿ ਸਾਡੇ ਕੋਲ ਪੈਸੇ ਦੀ ਕੋਈ ਘਾਟ ਨਹੀਂ, ਅਸੀਂ ਵੱਧ ਤੋਂ ਵੱਧ 15,000 ਦੇਵਾਂਗੇ ਪਰ ਏਕੜ ਜਿੱਥੇ ਫਸਲ ਪੂਰੀ ਤਰ੍ਹਾਂ ਖਰਾਬ ਹੋਈ ਹੈ। ਪਰ ਜਿਹੜੀ ਸੈਂਟਰਲ ਜਿਹੜੀ ਟੀਮ ਆਈ ਸੀ ਦੇਖਣ ਲਈ ਉਹਨਾਂ ਨੇ ਜਦੋਂ ਆ ਕੇ ਇੱਥੇ ਦੌਰਾ ਕੀਤਾ ਤਾਂ ਉਹਨਾਂ ਦੀਆਂ ਜਿਹੜੀਆਂ ਗਾਈਡਲਾਈਨਸ ਨੇ ਉਹ ਪੰਜਾਬ ਗਵਰਨਮੈਂਟ ਦੀਆਂ ਗਾਈਡਲਾਈਨਸ ਦੇ ਨਾਲ ਮੇਲ ਨਹੀਂ ਖਾਂਦੀਆਂ। ਸੋ ਉਹਨਾਂ ਨੇ ਮੈਕਸੀਮਮ 1800 ਰੁਪਏ ਕਿਹਾ ਸੀਗਾ ਵੀ ਜਿੱਥੇ ਸਾਰੀ ਫਸਲ ਤਬਾਹ ਹੋਈ ਆ ਉੱਥੇ 1800 ਰੁਪਏ ਪ੍ਰਤੀ ਏਕੜ ਕਿਸਾਨ ਨੂੰ ਦਿੱਤਾ ਜਾਵੇ, ਪਰ ਹਜੇ ਤੱਕ ਇੱਕ ਪੈਸਾ ਵੀ ਕਿਸਾਨਾਂ ਕੋਲ ਪਹੁੰਚਿਆ ਨਹੀਂ। ਇਸ ਕਰਕੇ ਫਾਰਮਰਸ ਜਿਹੜੇ ਹੈਗੇ ਐਜੀਟੇਟਡ ਮਾਈਂਡ 'ਚ ਹੈਗੇ ਆ ਕਿ ਸਾਡੀ ਕੋਈ ਸਰਵਾਈ ਨਹੀਂ ਹੋ ਰਹੀ। ਹੁਣ ਜਦੋਂ ਹੜ੍ਹਾਂ ਦੀ ਐਡੀ ਵੱਡੀ ਆਫਤ ਹੈਗੀ ਆ, ਜਿਸ ਤਰ੍ਹਾਂ ਦੇ ਲੋੜੀਂਦੇ ਉਹਨਾਂ ਨੂੰ ਫੰਡਸ ਚਾਹੀਦੇ ਸੀਗੇ ਉਹ ਵੀ ਸਰਕਾਰ ਨੇ ਮੁਹੱਈਆ ਨਹੀਂ ਕਰਵਾਏ, ਅਤੇ ਨਾ ਸਰਕਾਰ ਜਿਸ ਤਰ੍ਹਾਂ ਉਹਨਾਂ ਨੂੰ ਰਿਸਪੋਂਡ ਕਰਨਾ ਚਾਹੀਦਾ ਸੀ ਇਸ ਤਰ੍ਹਾਂ ਦੀ ਗ੍ਰੇਵ ਸਿਚੁਏਸ਼ਨ ਦੇ ਵਿੱਚ, ਨਾ ਸਰਕਾਰ ਨੇ ਉਸ ਤਰ੍ਹਾਂ ਆਪਣਾ ਰਿਐਕਟ ਕੀਤਾ ਅਤੇ ਨਾ ਹੀ ਕੋਈ ਕਿਸੇ ਤਰ੍ਹਾਂ ਦੀ ਮਦਦ ਦਿੱਤੀ ਆ। ਇਹਦੇ ਕਰਕੇ ਕਿਸਾਨ ਜਥੇਬੰਦੀਆਂ ਨੇ 16 ਨੇ ਪਹਿਲੇ ਮੀਟਿੰਗ ਕੀਤੀ ਸੀਗੀ, ਫਿਰ ਉਹ ਗਵਰਨਰ ਨੂੰ ਵੀ ਮਿਲੇ ਹੈਗੇ ਆ ਪਰ ਉਹਨਾਂ ਨੂੰ ਉੱਥੇ ਬੈਠਣ ਲਈ ਜਗ੍ਹਾ ਦਿੱਤੀ ਨਹੀਂ ਜਾ ਰਹੀ, ਜਿਹਦੇ ਕਰਕੇ ਜਦੋਂ ਇਹ 22 ਤਰੀਕ ਦਾ ਟੀਚਾ ਲੈ ਕੇ ਕਿਸਾਨ ਸੰਗਰੂਰ ਵਿੱਚ ਲੌਂਗੋਵਾਲ ਸਾਈਡ 'ਤੇ ਆ ਰਹੇ ਸੀਗੇ ਤਾਂ ਉੱਥੇ ਬੇਲੋੜਾ ਪੁਲਿਸ ਨੇ ਰੋਕਾਂ ਲਾਈਆਂ ਹੋਈਆਂ ਸੀਗੀਆਂ, ਉੱਥੇ ਇਹਨਾਂ ਨੇ ਪ੍ਰੋਵੋਕੇਟਿਵ ਸਟੈਂਸ ਵਰਤਿਆ ਪੰਜਾਬ ਪੁਲਿਸ ਨੇ। ਹੁਣ ਇਹ ਨਹੀਂ ਪਤਾ ਵੀ ਇਹ ਦਿੱਲੀ ਦੇ ਆਰਡਰ ਤੋਂ ਕੀਤਾ ਗਿਆ ਕਿ ਇਹ ਪੰਜਾਬ ਗਵਰਨਮੈਂਟ ਦੇ ਕਹਿਣ 'ਤੇ ਕੀਤਾ ਗਿਆ ਹੈਗਾ, ਕਿਉਂਕਿ ਉਹ ਬੜਾ ਵਾਇਲੈਂਟ ਕਲੈਸ਼ ਹੋਇਆ ਹੈਗਾ, ਉਹਦੇ 'ਚ ਬਹੁਤ ਨੁਕਸਾਨ ਹੋਇਆ, ਹੁਣ ਤਾਂ ਜਾਨੀ ਨੁਕਸਾਨ ਵੀ ਹੋਇਆ ਪ੍ਰੀਤਮ ਸਿੰਘ ਦਾ। ਜਿਹੜੇ ਦਿੱਲੀ ਦੇ ਹੁਕਮਾਂ ਦੀ ਗੱਲ ਕਰਦੇ ਆ ਉਹ ਤਾਂ ਲਗਭਗ ਪਤਾ ਹੀ ਲੱਗਦੇ ਆ। ਹੁਣ ਕਿਸਾਨ ਜਥੇਬੰਦੀਆਂ ਨੇ ਕਿਹਾ ਸੀ ਕਿ ਸੰਘਰਸ਼ ਸਾਡਾ ਮੁਲਤਵੀ ਹੈ ਕੁਛ ਦਿਨਾਂ ਦੇ ਵਾਸਤੇ, ਤੇ ਕੱਲ ਵੀ ਨਾਕੇ ਲਾ ਕੇ ਬਕਾਇਦਾ ਚੈੱਕ ਕਰ ਕਰਕੇ ਜਿਹੜੇ ਆ ਕਿਸਾਨ ਫੜੇ ਜਾ ਰਹੇ ਸੀ, ਜਿਹੜਾ ਵੀ ਟੋਲ ਪਲਾਜ਼ਾ ਸੀ ਹਰੇਕ ਤੇ ਇਹੀ ਕੁਛ ਤਾਂ ਵਾਪਰ ਰਿਹਾ ਜੀ। ਹਾਂ ਬਿਲਕੁਲ, ਮਤਲਬ ਕਿ ਇਹ ਬੇਲੋੜਾ, ਜੇ ਹੁਣ ਅਸੀਂ ਚੰਡੀਗੜ੍ਹ ਸਾਡਾ ਜੇ ਅਸੀਂ ਚੰਡੀਗੜ੍ਹ ਦੇ ਵਿੱਚ ਕਿਸੇ ਡੈਜ਼ਿਗਨੇਟਡ ਥਾਂ ਤੇ ਉੱਥੇ ਧਰਨਾ ਨਾ ਲਾ ਹੀ ਨਹੀਂ ਸਕਦੇ ਅਸੀਂ, ਇਹਦਾ ਮਤਲਬ ਚੰਡੀਗੜ੍ਹ 'ਚ ਅਸੀਂ ਐਂਟਰ ਹੀ ਨਹੀਂ ਕਰ ਸਕਦੇ। ਇਹ ਤਾਂ ਪੰਜਾਬ ਗਵਰਨਮੈਂਟ ਨੂੰ ਆਂਸਰ ਕਰਨਾ ਪੈਣਾ ਨਾ। ਪਿੱਛੇ ਦੇਖੋ ਕੁਛ ਚਿਰ ਹੋਇਆ 2 ਕੁ ਹਫ਼ਤੇ ਉੱਥੇ ਉਹਨਾਂ ਨੇ ਪਾਰਕਿੰਗ ਦਾ ਵੀ ਇਸ਼ੂ ਉੱਠਿਆ ਕਿ ਜਿਹੜੀਆਂ ਬਾਹਰਲੀਆਂ ਗੱਡੀਆਂ ਨੇ ਚੰਡੀਗੜ੍ਹ ਤੋਂ ਉਹਨਾਂ 'ਤੇ ਡਬਲ ਖਰਚ ਆਊਗਾ ਪਾਰਕਿੰਗ ਦਾ, ਉਸ ਬਾਰੇ ਵੀ ਪੰਜਾਬ ਗਵਰਨਮੈਂਟ ਨੇ ਕਿਸੇ ਤਰ੍ਹਾਂ ਦਾ ਕੋਈ ਰਿਐਕਟ ਨਹੀਂ ਕੀਤਾ ਹਜੇ ਤੱਕ, ਜਿਹੜਾ ਕਿ ਗਵਰਨਰ ਨੇ ਉੱਥੇ ਡਿਸੀਜਨ ਲਿਆ ਕਿਉਂਕਿ ਉਹ ਐਡਮਿਨਿਸਟ੍ਰੇਟਰ ਹੈਗਾ ਚੰਡੀਗੜ੍ਹ ਦਾ ਵੀ। ਇੱਕ ਪਾਸੇ ਉਹ ਕਹਿੰਦੇ ਆ ਕਿ ਮੈਨੂੰ ਪੰਜਾਬ ਦਾ ਫਿਕਰ ਬਹੁਤ ਆ, ਫਿਰ ਇਹ ਪੱਖਪਾਤ ਕਿਉਂ ਹੋ ਰਿਹਾ? ਚੰਡੀਗੜ੍ਹ ਸਾਡਾ ਪੰਜਾਬ ਦਾ ਹੈਗਾ, ਠੀਕ ਆ ਸਾਡੀ ਕਮਜ਼ੋਰ ਲੀਡਰਸ਼ਿਪ ਕਰਕੇ ਪੋਲੀਟੀਕਲ ਹਜੇ ਤੱਕ ਸਾਨੂੰ ਚੰਡੀਗੜ੍ਹ ਵਾਪਸ ਮਿਲਿਆ ਨਹੀਂਗਾ, ਜਿਹੜਾ ਕਿ ਸਾਡੇ ਲੋਕਾਂ ਦੀਆਂ ਜ਼ਮੀਨਾਂ ਦੇ ਉੱਤੇ ਮਤਲਬ ਕਿ ਉਸਾਰਿਆ ਗਿਆ ਹੈਗਾ,
ਤੇ ਉਸ ਤੇ ਸਾਨੂੰ ਹੱਕ ਚਾਹੀਦਾ ਕਿ ਅਸੀਂ ਉਹਦੇ ਅੰਦਰ ਬੈਠ ਕੇ ਕੋਈ ਵਿਚਾਰ ਚਰਚਾ ਕਰ ਸਕੀਏ। ਪਰ ਮੈਂ ਇਹ ਕੰਡੈਮ ਕਰਦਾ ਜੋ ਵੀ ਜਿਸ ਤਰ੍ਹਾਂ ਦਾ ਪੁਲਿਸ ਨੇ ਹਾਈ ਹੈਂਡਡਨੈਸ ਕੀਤੀ ਹੈਗੀ ਆ, ਇਹ ਟੋਟਲੀ ਟੂ ਬਲੇਮ ਫੋਰ ਹੈਗਾ ਪੰਜਾਬ ਗਵਰਨਮੈਂਟ। ਇਹ ਪੰਜਾਬ ਗਵਰਨਮੈਂਟ ਦਾ ਫੇਲੀਅਰ ਆ ਕਿ ਇੱਕ ਪੀਸਫੁਲ ਜਿਹੜੀ ਜਾ ਰਹੇ ਹੈਗੇ ਲੋਕ ਆਪਣੀ ਡੈਮੋਨਸਟ੍ਰੇਸ਼ਨ ਲੈ ਕੇ ਆਪਣਾ ਇਕੱਠ ਕਰਨ ਜਾ ਰਹੇ ਚੰਡੀਗੜ੍ਹ 'ਚ, ਉਹਨਾਂ ਨੂੰ ਜਿਸ ਤਰ੍ਹਾਂ ਵਾਇਲੈਂਟਲੀ ਰੋਕਿਆ ਗਿਆ ਅਤੇ ਉਹਦੇ ਵਿੱਚ ਇੱਕ ਕੈਜੁਅਲਟੀ ਵੀ ਹੋਈ ਆ। ਹੁਣ ਭਾਵੇਂ 10 ਲੱਖ ਇਹਨਾਂ ਨੇ ਦੇਣ ਦਾ ਉਹਨਾਂ ਨੂੰ ਵਾਅਦਾ ਕੀਤਾ ਸਰਕਾਰ ਵੱਲੋਂ, ਅਤੇ ਉਹਨਾਂ ਦੇ ਪਰਿਵਾਰ 'ਚੋਂ ਇੱਕ ਜਣੇ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਊਗੀ, ਪਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਇਸ 'ਤੇ ਸਵਾਲ ਉਠਾ ਰਹੇ ਨੇ ਬਹੁਤ ਸਟਰੋਂਗਲੀ ਕਿ ਕੀ ਕਿਸਾਨ ਦਾ ਮੁੱਲ 10 ਲੱਖ ਰੁਪਇਆ ਹੈਗਾ। ਮਤਲਬ ਜ਼ਿੰਦਗੀ ਦਾ ਜਿਸ ਤਰ੍ਹਾਂ ਇਹਨਾਂ ਨੇ ਇਹ ਬੜਾ ਹੀ ਇਨਸੈਂਸਿਟਿਵਲੀ ਪੰਜਾਬ ਗਵਰਨਮੈਂਟ ਨੇ ਹੈਂਡਲ ਕੀਤਾ ਹੈਗਾ ਇਸ਼ੂ, ਜਿਹੜਾ ਕਿ ਬੇਲੋੜਾ ਐਕਸ਼ਨ ਸੀਗਾ ਪੁਲਿਸ ਦਾ ਵੀ। ਪਰ ਪੁਲਿਸ ਉਦੋਂ ਤੱਕ ਰਿਐਕਟ ਨਹੀਂ ਕਰਦੀ ਜਦੋਂ ਤੱਕ ਇਹਨਾਂ ਨੂੰ ਉੱਤੋਂ ਗਵਰਨਮੈਂਟ ਦੀਆਂ ਇੰਸਟਰਕਸ਼ਨਸ ਨਹੀਂ ਆਉਂਦੀਆਂ। ਸੋ ਇਹਦੇ ਵਿੱਚ ਪੰਜਾਬ ਗਵਰਨਮੈਂਟ ਰਿਸਪੋਂਸੀਬਲ ਹੈਗੀ ਆ ਅਤੇ ਉਹਨਾਂ ਨੂੰ ਜਨਤਕ ਤੌਰ 'ਤੇ ਮਾਫ਼ੀ ਮੰਗਣੀ ਚਾਹੀਦੀ ਆ ਜਿਸ ਤਰ੍ਹਾਂ ਦਾ ਵੀ ਰਵੱਈਆ ਪੰਜਾਬ ਪੁਲਿਸ ਨੇ ਅਖਤਿਆਰ ਕੀਤਾ। ਦੂਜੇ ਪਾਸੇ 53 ਜਣਿਆਂ 'ਤੇ ਇਹਨਾਂ ਨੇ ਕੁਛ ਜਿਹੜੇ ਹੈਗੇ ਪਛਾਤੇ ਬੰਦੇ ਨੇ ਉਹਨਾਂ 'ਤੇ 307 ਦਾ ਕੇਸ ਲਾਇਆ ਅਟੈਂਪਟ ਟੂ ਮਰਡਰ। ਉਹ ਕੇਸ ਸਾਰੇ ਵਾਪਸ ਹੋਣੇ ਚਾਹੀਦੇ। ਇਨਫੈਕਟ ਜਿਹੜੇ ਪੁਲਿਸ ਵਾਲੇ ਨੇ ਹਾਈ ਹੈਂਡਡਨੈਸ ਕੀਤੀ ਆ ਜਾਂ ਜਿਹਦੇ ਆਰਡਰਾਂ 'ਤੇ ਹੋਇਆ ਉਹਨੂੰ ਵੀ ਕਟਹਿਰੇ ਵਿੱਚ ਲਿਆ ਕੇ ਖੜਾ ਕਰਨਾ ਚਾਹੀਦਾ। ਪਰ ਦੂਜੇ ਪਾਸੇ ਮੈਂ ਇਹ ਵੀ ਕਹੂੰਗਾ ਕਿ ਕਿਸਾਨ ਜਥੇਬੰਦੀਆਂ ਨੂੰ ਪਹਿਲੇ ਆਪਸ ਪੂਰੀ ਤਰ੍ਹਾਂ ਦਿੱਲੀ ਵਾਂਗੂ ਇਕੱਠੇ ਹੋਣਾ ਚਾਹੀਦਾ, ਤਾਂ ਹੀ ਕਿਤੇ ਜਾ ਕੇ ਦੁਬਾਰਾ ਸੁਣਵਾਈ ਹੋਊਗੀ। ਜੀ